ਅਸਲਾਮੁਅਲੈਕਮ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਕਿਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾਹ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਤੇ ਆ ਜਾਣੇ ਆ ਜੀ ਅੱਜ ਆਪਣੇ ਮੌਜੂਦ ਦੀ ਤਰਫ ਕਾਲਕ ਟੋਟਲ ਫਰੈਂਡ ਦੇ ਉਹਨਾਂ ਨੂੰ ਸ਼ਬੀਰ ਹੁਸੈਨ ਸਾਹਿਬ ਉਹਨਾਂ ਦਾ ਮੈਂ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਅਦਾ ਕਰਨਾ ਚਾਹੁੰਦੀ ਆ ਕਿ ਉਹ ਬਹੁਤ ਜ਼ਿਆਦਾ ਮੇਰੀ ਹੈਲਪ ਕਰ ਰਹੇ ਨੇ ਕਿ ਭਈ ਮੇਰਾ ਜਿਹੜਾ ਨਾਲ ਲਿੰਕ ਲਾ ਕੇ ਨਾ ਤੇ ਉੱਤੇ ਲਾ ਦਿੰਦੇ ਨੇ ਟਵਿੱਟਰ ਤੇ ਮੈਂ ਹਾਲੇ ਸਿੱਖ ਨਹੀਂ ਪਈਆਂ ਮੈਨੂੰ ਕਰਨਾ ਨਹੀਂ ਹਾਲਿਆ ਮੈਂ ਪੂਰਾ ਕਰ ਲੈਣੀ ਆ ਸ਼ੇਅਰ ਤੋਂ ਬਾਅਦ ਇਹ ਤੇ ਕਿਉਂ ਜਦੋਂ ਆ ਕੇ ਉਹਦੇ ਤੇ ਲਿਖਣਾ ਹੁੰਦਾ ਨਾ ਉੱਥੇ ਮੈਂ ਗਲਤੀ ਕਰ ਜਾਂਦੀ ਆ ਤੇ ਮੈਨਾਂ ਲੈਵੇ ਕਿ ਉਹ ਕਰ ਦਿੰਦੇ ਨੇ ਮੇਰੀ ਹੈਲਪ ਤੇ ਮੈਂ ਕੱਲ ਉਹਨਾਂ ਨੂੰ ਲਿਖਿਆ ਕਿ ਭਈ ਜੇ ਮੈਂ ਕਰ ਸਕੀ ਪਰਸੋਂ ਮੈਂ ਲਿਖਿਆ ਸੀ ਤੇ ਠੀਕ ਹੈ ਵਨਫਰ ਮੈਂ ਤੁਹਾਨੂੰ ਹੀ ਤਕਲੀਫ ਦਵਾਂਗੀ ਤੁਸੀਂ ਲਾ ਦਿਓ ਤੇ ਉਹਨਾਂ ਨੇ ਕਿਹਾ ਕਿ ਸੌ ਬਿਸਮਿਲ੍ਲਾ ਤੇ ਮੈਂ ਵੀ ਹੈਰਾਨ ਰਹਿ ਗਈ ਇਹ ਲਫ਼ਜ਼ ਸੁਣ ਕੇ ਕਿਉਂਕਿ ਇਹ ਲਫ਼ਜ਼ ਬੜੇ ਅਰਸੇ ਬਾਅਦ ਸੁਣਿਆ ਸੀ ਕਿ ਬismillah ਹੋ ਬismillah ਕਰਾਂ ਬismillah ਕਰਾਂ ਤੇ ਬismillah ਕਰਨ ਦੀਆਂ ਆਵਾਜ਼ਾਂ ਤੇ ਜੀ ਆਇਆਂ ਨੂੰ ਆਵਾਜ਼ਾਂ ਜਿਹੜੀਆਂ ਆਂਦੀਆਂ ਸਨ ਉਹ ਹੁਣ ਪਤਾ ਨਹੀਂ ਕਿੱਥੇ ਗਵਾਚ ਗਈਆਂ ਨੇ ਪਹਿਲੇ ਤੇ ਹੁੰਦਾ ਸੀ ਕਿ ਕੋਈ ਹੈ ਉਹ ਕੋਈ ਅੱਗੋ ਕਹਿਦਾ ਸੀ ਹਾਂ ਬੀ ਬismillah ਕਰਾਂ ਤੇ ਹੁਣ ਉਹ ਜ਼ਮਾਨੇ ਨਾਇਆਬ ਹੋ ਗਏ ਹੁਣ ਤੇ ਜਿਹੜਾ ਵੇ ਕੋਈ ਐ ਲਫ਼ਜ਼ ਕਦੀ ਸੋਣਿਆ ਹੀ ਨਹੀਂ ਹੈ ਤੇ ਉਹ ਜ਼ਮਾਨਾ ਯਾਦ ਆ ਗਿਆ ਆਪਣੇ ਬਚਪਨ ਚ ਚਲੇ ਜਾਈਏ ਆਪਣੀ ਚਾਈਲਡ ਮੈਮਰੀਜ਼ ਵਿੱਚ ਚਲੇ ਜਾਈਏ ਕਿ ਜਦੋਂ ਦਰਵਾਜ਼ਾ ਖੜਕਦਾ ਸੀ ਕੁੰਡੀ ਵੱਜਦੀ ਸੀ ਬੂਹਾ ਖੜਕਦਾ ਸੀ ਟਕ 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 ਤੇ ਉਹ ਜਾ ਕੇ ਦਰਵਾਜ਼ਾ ਖੋਲਣਾ ਤੇ ਸਾਹਮਣੇ ਖਾਲਾ ਨੂੰ ਦੇਖਣਾ ਬਈ ਮਹਿਮਾਨ ਨੂੰ ਸਾਹਮਣੇ ਦੇਖਦੇ ਅੱਜ ਦਾ ਮوضوع ਹੈ ਸਾਡਾ ਮਹਿਮਾਨ ਚਾ ਚੜ ਜਾਂਦੇ ਹੁੰਦੇ ਸਨ ਇਸ ਤਰ੍ਹਾਂ ਉਹ ਦਰਵਾਜ਼ਾ ਖੁੱਲ ਕੇ ਜਿਹੜਾ ਮਹਿਮਾਨ ਦੇਖਨੇ ਸਨ ਅਸੀਂ ਦਰਵਾਜ਼ਾ ਖੋਲਦਾ ਸੀ ਉਸ ਵੇਲੇ ਮਹਿਮਾਨ ਦੀ ਪਤਾ ਚੱਲਦਾ ਸੀ ਫਲਾਣਾ ਮਹਿਮਾਨ ਆਇਆ ਵੇ ਕੋਈ ਵੀ ਹੋ ਸਕਦਾ ਸੀ ਕੋਈ ਅਜ਼ੀਜ਼ ਕੋ ਰਿਸ਼ਤੇਦਾਰ ਪਰ ਸਾਡੀ ਅਕਸਰ ਖਾਲਾ ਆਉਂਦੇ ਹੁੰਦੇ ਸਨ ਅਚਾਨਕ ਇਸ ਤਰ੍ਹਾਂ ਤੇ ਬਈ ਫੇ ਸਾਨੂੰ ਉਈ ਚਾ ਚੜਨੇ ਬੱਚਿਆਂ ਉਹਨਾਂ ਨੇ ਵੀ ਫ ਜਫੀਆਂ ਤੇ ਚੁੰਮੀਆਂ ਤੇ ਪਤਾ ਨਹੀਂ ਇਸ ਤਰ੍ਹਾਂ ਹੋ ਜਾਂਦਾ ਸੀ ਕਿ ਹਰ ਬੰਦੇ ਦੇ ਮੂੰਹ ਤੇ ਬismillah 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 ਦੇ ਲਫ਼ਜ਼ ਹੁੰਦੇ ਸਨ ਤੇ ਜੇ ਛੇਤੀ ਕਰੋ ਬਈ ਪਹਿਲੇ ਤਾਂ ਮੇਲ ਮਲਈਆਂ ਤੋਂ ਦੀ ਖਾਸ ਮੇਲ ਮਲਈਆਂ ਹੋਈਆਂ ਗੱਲਾਂ ਬਾਤਾਂ ਹੋਈਆਂ ਬੜੇ ਮਜ਼ੇ ਬੜੇ ਲਸ਼ਕਾਰੇ ਤੇ ਉਹ ਫਿਰ ਮੇਲ ਮਲਈਆਂ ਹੋ ਗਈਆਂ ਜਲਦੀ ਬਈ ਮੰਝੀਆਂ ਮੰਝੀਆਂ ਹੋਰ ਕੱਢੋ ਹੋਰ ਕੱਢੋ ਮੰਝੀਆਂ ਮੰਝੀਆਂ ਨਿਕਲ ਆਂਦੀਆਂ ਸਨ ਵੇੜੇ ਵਿੱਚ ਮਹਿਮਾਨ ਨੂੰ ਫਟਾਫਟ ਬਿਠਾਇਆ ਜਾਂਦਾ ਸੀ ਕਿ ਬੈਠੋ ਭਾਈ ਬੈਠੋ ਸਰਾਣੇ ਲਿਆਓ ਮੰਜੀ ਰੱਖੋ ਵਿਛਾਓ ਤੇ ਤਰੀ ਬੈਠ ਜਾਂਦੇ ਸਨ ਫਿਰ ਫਟਾਫਟ ਸਭ ਤੋਂ ਪਹਿਲੇ ਪਾਣੀ ਪਿਲਾਇਆ ਜਾਂਦਾ ਸੀ ਕੋਈ ਵੀ ਮਹਿਮਾਨ ਆਂਦਾ ਸਾਡੇ ਬਜ਼ੁਰਗਾਂ ਨੇ ਇਹ ਸਿਖਾਇਆ ਔਰ ਅਸੀਂ ਦਿਖਦੇ ਵੀ ਰਹੇ ਆਪਣੇ ਬਚਪਨ ਵਿੱਚ ਕਿ ਜਦੋਂ ਵੀ ਘਰ ਕੋਈ ਆਵੇ ਨਾ ਸਭ ਤੋਂ ਪਹਿਲੇ ਉਹਨੂੰ ਪਾਣੀ ਪੁੱਛੋ ਉਹਨੂੰ ਪਾਣੀ ਦਿਓ ਉਹਨੂੰ ਪਿਆਸ ਲੱਗੀ ਹੋਏਗੀ ਲੇਕਿਨ ਉਹ ਜ਼ਮਾਨੇ ਐਸੇ ਸਨ ਕਿ ਲੋਕ ਜ਼ਿਆਦਾਤਰ ਪੈਦਲ ਚੱਲ ਕੇ ਆਂਦੇ ਸਨ ਇਸ ਤੋਂ ਫਿਰ ਪਿਆਸ ਲੱਗੀ ਹੁੰਦੀ ਸੀ ਤੇ ਫਿਰ ਉਹ ਸਭ ਤੋਂ ਪਹਿਲੇ ਪਾਣੀ ਪਿਲਾਇਆ ਜਾਂਦਾ ਸੀ ਅਗਰ ਸ਼ਰਬਤ ਦਸਤ ਆਬੇ ਸ਼ਰਬਤ ਦਾ ਸੀਜ਼ਨ ਹੈ ਠੀਕ ਹੈ ਬਣਾ ਲਓ ਨਹੀਂ ਤੇ ਫਿਰ ਸਾਦਾ ਪਾਣੀ ਸਭ ਤੋਂ ਪਹਿਲੇ ਪਾਣੀ ਲਿਆ ਕੇ ਪਿਸ਼ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਫਿਰ ਭਈ ਅਗਰ ਜ਼ਾਨੀ ਰੋਟੀ ਤੇ ਹੁਣ ਪੱਕੇਗੀ ਮਹਿਮਾਨ ਆਏ ਨੇ ਤੇ ਰੋਟੀ ਪੱਕੇਗੀ ਪਰ ਉਸ ਤੋਂ ਫੇਰਾਵੇ ਕੇ ਨਾਲ ਇhtimam ਸ਼ੁਰੂ ਹੋਇਆ ਜਲਦੀ ਚਾਹ ਬਣਾ ਲਓ ਭਈ ਦਾ ਲਾਇਕਾ ਕੱਪੀ ਤੇ ਨਾਲ ਹੀ ਫਿਰ ਉਥੇ ਮਹਿਮਾਨ ਬੈਠੇ ਹੋ ਗਏ ਸਨ ਨਾਲ ਹੀ ਔਰਤਾਂ ਲਸਨ ਪਿਆਜ਼ ਚਿਲਣ ਲੱਗ ਜਾਈਆਂ ਸਨ ਕਿ ਹੁਣ ਹਾਂਡੀ ਪਕਾਣੀ ਤੇ ਫਟਾਫਟ ਉਸ ਜ਼ਮਾਨੇ ਚ ਫਰੀਜ਼ਰ ਔਰ ਫ੍ਰਿਜ ਐ ਚੀਜ਼ਾਂ ਨਹੀਂ ਹੁੰਦੀਆਂ ਸਨ ਇਸ ਤਰ੍ਹਾਂ ਆਮ ਘਰਾਂ ਚ ਨਹੀਂ ਹੁੰਦੀਆਂ ਸਨ ਬਹੁਤ ਘੱਟ ਲੋਕਾਂ ਕੋਲ ਐ ਚੀਜ਼ਾਂ ਸਨ ਤੇ ਫਿਰ ਉਦੋਂ ਫਿਰ ਐਵੇਂ ਕਿ ਜੋ ਵੀ ਘਰ ਚ ਇਸ ਦਸਤੀ ਆਪ ਹੁੰਦੀ ਸੀ ਪੱਕ ਜਾਂਦੀ ਸੀ ਮਹਿਮਾਨ ਵੀ ਕੋਈ ਨਕਰਾਂ ਨਹੀਂ ਕਰਦਾ ਸੀ ਕਿ ਬਈ ਮੈਂ ਗਿਆ ਮੈਨੂੰ ਫਲਾਣੀ ਸ਼ਾਇ ਨਹੀਂ ਖਵਾਈ ਤੇ ਮੈਨੂੰ ਫਲਾਣੀ ਸ਼ਾਇ ਨਹੀਂ ਖਵਾਈ ਉਹ ਲੋਕ ਮਿਲਣ ਵਾਸਤੇ ਲੋਕ ਗੱਲ ਕਰਨ ਵਾਸਤੇ ਲੋਕ ਮੁਹੱਬਤਾਂ ਲੈ ਕੇ ਇੱਕ ਦੂਸਰੇ ਦੇ ਕੋਲ ਆਉਂਦੇ ਸਨ ਕੋਈ ਖਾਣ ਪੀਣ ਦਾ ਕੋਈ ਦੁਨੀਆਂ ਵੀ ਚੀਜ਼ਾਂ ਦੇ ਲੋਕ ਭੁੱਖੇ ਨਹੀਂ ਹੁੰਦੇ ਸਨ ਸਾਡੇ ਵੀ ਮੁਹੱਲੇ 'ਚ ਇੱਕ ਥੋੜਾ ਦੂਰ ਕਰਕੇ ਇੱਕ ਦੁਕਾਨ ਸੀ ਮੁਹੱਲੇ 'ਚ ਤੇ ਨਹੀਂ ਸੀ ਥੋੜਾ ਪੈਦਲ ਚੱਲ ਕੇ ਜਾਣਾ ਪੈਂਦਾ ਸੀ ਪੀ ਜਦੋਂ ਕਿਸ ਤਰ੍ਹਾਂ ਟਾਈਮ ਦੇ ਟਾਈਮ ਕੋ ਮਹਿਮਾਨ ਆ ਜਾਂਦਾ ਸੀ ਤੇ ਚਾਹ ਕੇ ਮੁਰਗੀ ਲੈ ਕੇ ਆ ਜਾਈ ਜਾਂਦੀ ਸੀ ਕਿ ਚਲੋ ਮੁਰਗੀ ਲੈ ਉਹ ਮੁਰਗੀ ਇੰਨਾਂ ਨਾਇਬ ਆਈਟਮ ਹੁੰਦਾ ਸੀ ਕਿ ਮਹਿਮਾਨ ਆਂਦਾ ਸੀ ਕੁੱਕੜ ਪਕਾ ਲਓ ਚਲੋ ਵੀ ਤੇ ਕੁੱਕੜ ਆ ਜਾਂਦਾ ਸੀ ਕਿ ਮੁਰਗੀ ਪੱਕ ਗਈ ਤੇ ਉਹ ਫਿਰ ਫਟਾਫਟ ਕਿਸੇ ਨੂੰ ਭੇਜਣਾ ਕਿ ਜਾਓ ਵੀ ਮੁਰਗੀ ਲੈ ਉਹ ਤੇ ਲਸਣ ਪਿਆਜ਼ ਚਲਣਾ ਸ਼ੁਰੂ ਕਰ ਦੇਣਾ ਹਾਂਡੀ ਪੱਕਣੀ ਉਏ ਕੀ ਹਾਂਡੀ ਪੱਕਦੀ ਸੀ ਬਹੁਤ ਜ਼ਿਆਦਾ ਇhtimam ਨਹੀਂ ਹੁੰਦਾ ਸੀ ਕਿ ਮਹਿਮਾਨ ਵੀ ਅਚਾਨਕ ਆਇਆ ਹੁੰਦਾ ਸੀ ਬਾਅਦ ਦਫਾ ਤੇ ਇਸ ਤਰ੍ਹਾਂ ਹੁੰਦਾ ਸੀ ਜੋ ਪੱਕਿਆ ਹੋਇਆ ਨਾ ਘਰ ਚ ਮਹਿਮਾਨ ਅਚੇ ਤਮ ਤੇ ਪਹੁੰਚਿਆ ਚਲੋ ਵੀ ਰੋਟੀ ਖਾ ਲਓ ਸਾਰੇ ਆਨੇ ਮੰਜੀਆਂ ਤੇ ਬੈਠ ਕੇ ਰੋਟੀ ਖਾ ਲੈਣੀ ਤੇ ਜਿਹੜੇ ਪਿੰਡਾ ਥਾਵਾਂ ਤੇ ਜਿਹੜੇ ਲੋਕ ਹੁੰਦੇ ਸਨ ਅਸੀਂ ਜਿਵੇਂ ਆਪਣੀ ਖਾਲਾ ਵੱਲ ਜਾਣਾ ਦੀ ਹਾਲਾ ਤੇ ਪੋਤਾ ਹਾਲਾ ਨਾ ਫੜੋ ਕੁੱਕੜ ਫੜੋ ਕੁੱਕੜ ਫੜੋ ਕੁੱਕੜ ਕੁੱਕੜ ਦੀ ਸ਼ਾਮਤ ਆ ਜਾਂਦੀ ਸੀ ਕੁੱਕੜ ਵਿਚਾਰਾ ਮਹਿਮਾਨ ਦੇਖ ਕੇ ਘਰ ਵਾਲੇ ਤੇ ਖੁਸ਼ ਹੁੰਦੇ ਸਨ ਪਰ ਕੁੱਕੜ ਨੂੰ ਵਿਚਾਰੇ ਨੂੰ ਬੜਾ ਸੰਜੀਦਗੀ ਦਾ ਦौरा ਪੈ ਜਾਂਦਾ ਸੀ ਰੰਜੀਦਾ ਹੋ ਜਾਂਦਾ ਸੀ ਉਹ ਕਹਿੰਦਾ ਸੀ ਓਏ ਹੋਏ ਅੱਜ ਮੈਂ ਤੇ ਗਿਆ ਮੈਂ ਤੇ ਲਗਾ ਗਿਆ ਵਈ ਅੱਜ ਤੇ ਤੇ ਉਹ ਵਿਚਾਰਾ ਇਸ ਤਰ੍ਹਾਂ ਕਰਕੇ ਬਹਿ ਜਾਂਦਾ ਸੀ ਕਿਤੇ ਦੀਵਾਰ ਤੇ ਕਿਤੇ ਹੋਦਾ ਕਿ ਅੱਜ ਅ ਮੈਂ ਤੇ ਗਿਆ ਤੇ ਉਹ ਫਿਰ ਮੈਂ ਕੁੱਕੜ ਨੂੰ ਫੜ ਕੇ ਕੀਤਾ ਜਾਂਦਾ ਸੀ ਫਟਾਫਟ ਕੁੱਕੜ ਕੀਤਾ ਤੇ ਕੁਝ ਲੋਕ ਇਸ ਤਰ੍ਹਾਂ ਹੀ ਕਾਂਚ ਮੁਰਗੀ ਜਾਂ ਰਖ ਲੰਦੇ ਸੰਦੇ ਫਿਰ ਮਹਿਮਾਨ ਦੀ ਤਵਾਜ਼ੂ ਕੀਤੀ ਜਾਂਦੀ ਸੀ ਅਗਰ ਜਿਹੜੇ ਜਿਵੇਂ ਸ਼ਹਿਰਾਂ ਚ ਰਹਿੰਦੇ ਸਨ ਲੋਕ ਥੋੜੇ ਉਹ ਫਿਰ ਐਵੇਂ ਇੱਕ ਇੱਕ ਬਾਜ਼ਾਰ ਤੋਂ ਜਾ ਕੇ ਇੱਕ ਮੁਰਗੀ ਲੈ ਕੇ ਆੜਾਣੀ ਉਹ ਮਸਾਲੇ ਵਿੱਚ ਸੂਲੇ ਵਾਲੀ ਬਾਬਾ ਪੱਕ ਜਾਨੀ ਤੇ ਮਹਿਮਾਨ ਨੇ ਵੀ ਖਾਣੀ ਲੇਕਿਨ ਸਭ ਤੋਂ ਪਹਿਲੇ ਹੁੰਦਾ ਸੀ ਕਿ ਮਹਿਮਾਨ ਦੀ ਤਵਾਜ਼ਾ ਦਾ ਬੜਾ ਖਿਆਲ ਰੱਖਿਆ ਜਾਂਦਾ ਸੀ ਮਹਿਮਾਨ ਨੂੰ ਇੰਨਾ ਅੱਲਾਹ ਦੀ ਰਹਿਮਤ ਸਮਝਿਆ ਜਾਂਦਾ ਸੀ ਮਹਿਮਾਨ ਦਾ ਖਿਆਲ ਮਤਲਬ ਕਦੀ ਕਿਸੇ ਨੇ ਮੂੰਹ ਨਹੀਂ ਬਸੋਰੀਆ ਸੀ ਕਿ ਸਾਡੇ ਘਰ ਇਸ ਤਰ੍ਹਾਂ ਕਿਉਂ ਅਚਾਨਕ ਆ ਗਿਆ ਵੇ ਅਸਾੜੇ ਤੋਂ ਪਹਿਲੇ ਇੰਨੇ ਕੰਮ ਪੈਸਾ ਨੇ ਇੱਕ ਹੋਰ ਮੁਸੀਬਤ ਆ ਗਈ ਤੇ ਅੱਜ ਕੱਲ ਮੈਂ ਦੇਖਨੀ ਆ ਜ਼ਿਆਦਾਤਰ ਮਹਿਮਾਨ ਬਗੈਰ ਦੱਸੇ ਅਗਰ ਕੋਈ ਆ ਜਾਵੇ ਤੇ ਲੋਕ ਨਾ ਗਵਾਰੀ ਦਾ ਇਜ਼ਹਾਰ ਕਰਦੇ ਨੇ ਕਿ ਲੋਬੀ ਇਹਨਾਂ ਨੂੰ ਦੱਸ ਕੇ ਆਣਾ ਚਾਹੀਦਾ ਸੀ ਸਾਡੇ ਤੇ ਆਪਣੇ ਇੰਨੇ ਕੰਮ ਸਾਨਾ ਚਾਹਨਾ ਕਾਗੇ ਨੇ ਹੁਣ ਅਸੀਂ ਮਤਲਬ ਇਸ ਤਰ੍ਹਾਂ ਲੋਕਾਂ 'ਚ ਉਹ ਚੀਜ਼ ਨਹੀਂ ਰਹੀਏ ਕਿ ਬismillah ਕਰ ਆਤ ਮੁਹੱਬਤਾ ਤੇ ਜੀ ਆਇਆਂ ਨੂੰ ਤੇ ਬੈਠੋ ਇਹ ਉਹ ਅਗਰ ਮਹਿਮਾਨ ਆ ਵੀ ਜਾਵੇ ਤੇ ਮਹਿਮਾਨ ਹੁਣ ਦੱਸ ਕੇ ਆਂਦਾ ਵੇ ਮਹਿਮਾਨ ਤੁਹਾਨੂੰ ਇਨਫੋਰਮ ਕਰਕੇ ਆਂਦਾ ਵੇ ਕਿ ਵੀ ਮੈਂ ਫਲਾਣੇ ਦੇ ਨਾਮ ਆ ਰਿਹਾ ਹਾਂ ਤਾਂ ਪਹਿਲੇ ਟਾਈਮ ਤੇ ਹੁੰਦਾ ਵੇ ਫਿਰ ਇਸ ਤਰ੍ਹਾਂ ਮੇਲ ਮੁਲਾਕਾਤ ਹੁੰਦੀ ਲੇਕਿਨ ਉਹ ਜ਼ਮਾਨੇ ਕਿੰਨੇ ਨਾਇਆਬ ਸਨ ਕਿ ਸਾਡੀ ਖਾਲਾ ਅਕਸਰ ਕਿਉਂਕਿ ਸਾਡੇ ਫੁੱਫੂ ਜਦੋਂ ਪੰਜਾਬ ਤੋਂ ਆਉਂਦੇ ਸਨ ਉਹ ਇੱਕ ਖਤ ਲਿਖ ਦਿੰਦੇ ਹੁੰਦੇ ਸਨ ਸਾਨੂੰ ਕਿ ਮੇਰੇ ਅੱਬੂ ਨੂੰ ਕਿ ਭਾਜੀ ਕਿ ਮੈਂ ਫਲਾਣੀ ਤਰੀਖ ਨੂੰ ਪਹੁੰਚ ਰਹੀ ਆ ਤੇ ਉਹ ਫਿਰ ਵੀ ਸਾਨੂੰ ਪਤਾ ਹੁੰਦਾ ਸੀ ਕਿ ਫੁੱਫੋ ਦੀਆਂ ਸੀਟਾਂ ਹੋ ਗਈਆਂ ਨੇ ਫੁੱਫੋ ਆ ਰਹੇ ਨੇ ਪਰ ਖਾਲਾ ਅਚਾਨਕ 2 ਦਿਨ ਦੀ ਕੋਈ ਛੁੱਟੀ ਆ ਗਈ ਵਿੱਚ ਇਸ ਤਰ੍ਹਾਂ ਖਾਲਾ 3 1/2 ਘੰਟੇ ਦੀ ਫਾਸਲੇ ਕਰੰਦੇ ਸੰਦੇ ਖਾਲਾ ਨੇ ਫਿਰ ਇਸ ਤਰ੍ਹਾਂ ਅਚਾਨਕ ਟੋਕਰੀ ਚ ਪਾਣੇ ਕੱਪੜੇ ਲਾਲ ਰੰਗ ਦੀ ਟੋਕਰੀ ਐ ਬੇਸੀ ਖਾਲਾ ਦੀ ਪਲਾਸਟਿਕ ਦੀ ਤੇ ਖਾਲਾ ਨੇ ਬੱਚਿਆਂ ਨੂੰ ਲੈਣਾ ਤੇ ਆ ਜਾਣਾ ਖਾਲੂ ਦੇ ਨਾਲ वो फिर बड़ी खुशी होंगी सरह के चंद चढ़ जाता कहते चंद चढ़ तो मेहमान भी होंगी सी बड़ी खातर मदार ख्याल रख्या जाता स और मेहमान भी जरा आंदा ਉਸ ਸਿਰਫ ਤਾਂ ਖਾਣੇ ਖਾਣ ਵਾਸਤੇ ਤਾਂ ਢੇ ਡੈਕੋਰੇਸ਼ਨ ਦੇਖਣ ਵਾਸਤੇ ਤੁਹਾਡੇ ਜ਼ਿੰਦਗੀ ਦਾ ਸਟਾਈਲ ਦੇਖਣ ਵਾਸਤੇ ਨਹੀਂ ਆਂਦਾ ਸੀ ਕਿ ਬਈ ਇਹ ਕਿਸ ਲਾਈਫ ਸਟਾਈਲ ਦੇ ਆਦੀ ਨੇ ਕੀ ਮਹਿਮਾਨ ਵੀ ਤੁਹਾਨੂੰ ਮਿਲਣ ਵਾਸਤੇ ਆਂਦਾ ਸੀ ਦੋਨੋਂ ਪਾਸੇ ਕਹਿੰਦੇ ਦੋਨੋਂ ਤਰਫ ਹੈ ਆਗ ਬਰਾਬਰ ਲੱਗੀ ਹੋਈ ਤੇ ਉਹ ਦੋਨੋਂ ਪਾਸਿਓ ਜਿਹੜੇ ਨਾ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਲੋਕ ਸਿਰਫ ਮਿਲਣਾ ਚਾਹੁੰਦੇ ਸਨ ਲੋਕ ਮੁਹੱਬਤਾਂ ਵਾਲੇ ਸਨ ਲੋਕ ਇੱਕ ਦੂਸਰੇ ਨਾਲ ਬੈਠ ਕੇ ਟਾਈਮ ਗੁਜ਼ਾਰਨਾ ਚਾਹੁੰਦੇ ਸਨ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਫਿਕਰ ਨਹੀਂ ਸੀ ਕਿ ਮੈਂ ਜਾਵਾਂ ਤੇ ਮੈਨੂੰ ਬੜਾ ਚੰਗਾ ਜਿਹਾ ਡਰਾਇੰਗ ਰੂਮ ਮਿਲਲੇ ਖੋਲੇ ਵੇ ਬੈਠਾ ਆਉਚ ਮੈਂ ਦੇਖਣ ਲਾਈਟਾਂ ਲੱਗੀਆਂ ਹੁਣ ਨਹੀਂ ਉਹ ਲੋਕ ਮੰਝੀਆਂ ਤੇ ਬੈਠ ਕੇ ਖੁਸ਼ ਹੋ ਜਾਂਦੇ ਸਨ ਉਹ ਲੋਕ ਇੱਕ ਸਾਲਣ ਡੋਂਗੇ ਚ ਪਾ ਕੇ ਤੇ ਨਾਲ ਰੋਟੀਆਂ ਰੱਖ ਲੈਣੀਆਂ ਚੰਗੇਰਾ ਚ ਬਹਿ ਕੇ ਰੋਟੀਆਂ ਖਾ ਲਈਆਂ ਜਾਂਦੀਆਂ ਜਾਂਦੀਆਂ ਸਨ ਤੇ ਉਸ ਲੋਕ ਖੁਸ਼ ਹੋ ਜਾਂਦੇ ਸਨ ਮਹਿਮਾਨ ਵੀ ਖੁਸ਼ ਹੋ ਜਾਂਦਾ ਸੀ ਦੂਸਰੇ ਦਿਨ ਫਿਰ ਚਲੋ ਤਾਂ ਹੁੰਦਾ ਸੀ ਇਹਨਾਂ ਰੁਕਣਾ ਵਿੱਚ ਤਹਿਤਮਾਮ ਨਾਲ ਥੋੜਾ ਜਿਹਾ ਪਕਾਉਣਾ ਪਲਾਉ ਬਣ ਜਾਣਾ ਆਲੂ ਗੋਸ਼ਤ ਦਾ ਸ਼ੋਰਬਾ ਇਹ ਤਾਂ ਵੀ ਖਾਸ ਡਿਸ਼ ਹੁੰਦੀ ਸੀ ਮਹਿਮਾਨ ਆਂਦੇ ਸਨ ਜੋ ਪਹਿਲੇ ਦਿਨ ਤੇ ਚਲੋ ਅਮਰਜੰਸੀ ਚ ਜੋ ਵੀ ਪੱਕਿਆ ਦੂਜੇ ਦਿਨ ਆਲੂ ਗੋਸ਼ਤ ਦਾ ਸ਼ੋਰਾ ਤੇ ਬੱਕਰੇ ਦਾ ਪਲਾਉ ਤੇ ਬੱਕਰੇ ਦਾ ਆਲੂ ਗੋਚਾ ਇਹ ਫਿਕਸ ਆਈਟਮ ਹੁੰਦਾ ਸੀ ਮਹਿਮਾਨਾਂ ਦੇ ਸਾਥ ਦੇ ਨਾਲ ਤੇ ਨਾਲ ਪੱਕ ਗਏ ਮਿੱਠੇ ਚੌਲ ਜਾਂ ਹਲਵਾ ਪੱਕ ਗਿਆ ਇਹ ਚੀਜ਼ਾਂ ਹੁੰਦੀਆਂ ਸੇਵੀਆਂ ਪੱਕ ਜਾਂਦੀਆਂ ਸਨ ਤੇ ਇਸ ਤਰ੍ਹਾਂ ਖਾਤਰਮਦਾਰਤ ਕੀਤੀ ਜਾਂਦੀ ਸੀ ਪਰ ਮਹਿਮਾਨ ਵੀ ਜਿਹੜਾ ਉਹ ਨਖਰੀ ਨਹੀਂ ਮਾਰਦਾ ਸੀ ਜਿਸ ਤਰ੍ਹਾਂ ਸਫਰ ਕਰਕੇ ਲੋਕ ਆਉਂਦੇ ਸਨ ਇੰਨੀਆਂ ਮੁਸ਼ਕਲਾਂ ਦੇ ਨਾਲ ਨਾ ਕੋਈ ਦੱਸਦਾ ਸੀ ਕਿ ਮੈਂ ਬੜੀ ਮੁਸ਼ਕਲ ਦੇ ਨਾਲ ਸਫਰ ਕਰਕੇ ਪਹੁੰਚਿਆ ਮੈਨੂੰ ਐ ਮਸਲਾ ਹੈ ਮੈਨੂੰ ਇੱਕ ਮਿਲਣ ਦੀ ਇੱਛਾਤ ਇੱਕ ਮੁਹੱਬਤ ਉਹਦੇ ਨਾਲ ਲੋਕ ਆਉਂਦੇ ਸਨ ਔਰ ਫਿਰ ਉਹ ਇੱਕ ਦੂਸਰੇ ਨਾਲ ਮਿਲਦੇ ਸਨ ਗੱਲਾਂ ਕਰਦੇ ਸਨ ਬੈਠਦੇ ਸਨ ਕਿੰਨਾ ਇੱਕ ਮੈਨੂੰ ਉਹ ਚੀਜ਼ਾਂ ਕਿੱਥੇ ਚੱਲ ਗਈਆਂ ਮੈਨੂੰ ਹੁਣ ਇਹ ਇਹਦਾ ਅਹਿਸਾਸ ਹੁੰਦਾ ਹੈ ਨਾ ਚੀਜ਼ਾਂ ਦਾ ਕਿ ਹੁਣ ਜਿਹੜਾ ਮਿਲ ਜੁਲਣ ਵਾਸਤੇ ਵੀ ਇਜਾਜ਼ਤ ਤਾਂ ਲੈਣੀ ਪੈਂਦੀ ਆ ਰੇ ਫੇ ਤੁਹਾਡੇ ਘਰ ਆ ਜਾਵਾਂ ਮੈਂ ਚਲਾ ਜਾਵਾਂ ਉਹ ਜ਼ਮਾਨੇ ਕਿੱਥੇ ਚਲੇ ਗਏ ਕਿ ਜਦੋਂ ਕੋਈ ਮਿਲਣ ਜੁਲਣ ਦੀ ਕੋਈ ਐਸੀ ਕੈਦ ਨਹੀਂ ਹੁੰਦੀ ਸੀ ਹਰ ਕੋਈ ਜੜਾਵੇ ਇੱਕ ਦੂਸਰੇ ਲਈ دستیاب ਹੁੰਦਾ ਸੀ ਲੋਕ ਪੈਦਲ ਚੱਲ ਕੇ ਜਾਂਦੇ ਸਨ ਪੈਦਲ ਚੱਲ ਕੇ ਸਫ਼ਰ ਕਰਨਾ ਮਤਲਬ ਜਰੀ ਇਹ ਸੱਚਾ ਕਾਚੂ ਕਾ ਵਿੱਚ ਹੁੰਦੇ ਸਨ ਲੋਕ ਸ਼ਹਿਰ ਤੋਂ ਪੈਦਲ ਸੂਰਜ ਤੜਕੇ ਤੜਕੇ ਲੋਕਾਂ ਨੇ ਪੈਦਲ ਚੱਲਣਾ ਕਿ ਭਈ ਐਸੀ ਫਲਾਉ ਆਪਣੇ ਪੈਣ ਪਰਹਾਨੂ ਮਿਲ ਕੇ ਆ ਜਾਈਏ ਉਹ ਤਿਰੇ ਚੱਟ ਗੁਜ਼ਾਰਨਾ ਦੁਪਹਿਰ ਜਦ ਸੂਰਜ ਥੋੜਾ ਜਿਹਾ ਟੱਲਣਾ ਤੇ ਉਥੋਂ ਫਿਰ ਪੈਦਲ ਚੱਲਣਾ ਤੇ ਵਾਪਸ ਆਪਣੇ ਆਣ ਲਾ ਤਿੰਨ ਤਨ ਮਿਲ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਪੈਦਲ ਮਿਲਣ ਜਾਂਦੇ ਸਨ ਉਹ ਚਾਹਤ ਕਿੰਨੀ ਸੀ ਉਹ ਕੀ ਜ਼ਮਾਨਾ ਸੀ ਅੱਜ ਦੇਖੋ ਤੁਹਾਡੇ ਹੱਥ ਚ ਮੋਬਾਈਲ ਹੈ ਤਾਂ ਤੁਸੀਂ ਸਭ ਕੁਝ ਜਿਹੜਾ ਨਾ ਉਹ ਤੁਹਾਡੇ ਉਹਦੇ ਵਿੱਚ ਹੈ ਕਿ ਤੁਸੀਂ ਸੁਣ ਲਓ ਤੁਸੀਂ ਕਰ ਲਓ ਤੁਸੀਂ ਗੱਲ ਕਰ ਲਓ ਲੇਕਿਨ ਇਹ ਵੀ ਕਿ ਫਿਰ ਵੀ ਇਨਸਾਨ ਕੋਲ ਟਾਈਮ ਹੀ ਨਹੀਂ ਇਨਸਾਨ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਅੱਛਾ ਮੈਂ ਕੱਲ ਕਰਾਂਗਾ ਮੈਂ ਖੁਦ ਵੀ ਇਸ ਤਰ੍ਹਾਂ ਹੀ ਕਰ ਲਈਆ ਮੈਂ ਕੋਈ ਹੋਰ ਅੱਗੇ ਕਹਿੰਦੇ ਮੈਂ ਕਿਸੇ ਹੋਰ ਦੁਨੀਆ ਚ ਤੇ ਨਹੀਂ ਆ ਮੈਂ ਖੁਦ ਕਿਨੇ ਕਿਨੇ ਦਿਨ ਗੁਜ਼ਰ ਜਾਂਦੇ ਨੇ ਤੇ ਮੈਂ ਕਹਿੰਨੀ ਅੱਛਾ ਮੈਂ ਅੱਜ ਕਰਾਂਗੀ ਗੱਲ ਕੱਲ ਕਰਾਂਗੀ ਗੱਲ ਉਹ اسی ਚੱਕਰ ਚ ਘੜਦਾ ਰਹੇ ਨੇ ਬਿਜ਼ੀ ਹੋ ਜਾਣੇ ਸਾਡੇ ਕੋਲ ਗੱਲ ਕਰਨ ਦਾ ਵੀ ਟਾਈਮ ਨਹੀਂ ਹਾਲਾਂਕਿ ਸਾਡੇ ਹੱਥ ਵਿੱਚ ਹ ਤਿਆਰ ਹੈ ਪਰ ਫਿਰ ਵੀ ਜਿਹੜਾ ਅਸੀਂ ਇੰਨੇ ਆਦੀ ਹੋ ਗਏ ਨਾ ਚੀਜ਼ਾਂ ਦੇ ਔਰ ਕਿੱਥੇ ਉਹ ਜ਼ਮਾਨੇ ਸਨ ਅਸੀਂ ਉਹ ਜ਼ਮਾਨੇ ਦੇਖੇ ਨੇ ਕਿ ਲੋਕ ਪੈਦਲ ਚੱਲ ਕੇ ਜਾਂਦੇ ਸਨ ਲੋਕ ਸਫ਼ਰ ਕਰਕੇ ਇਹਨਾਂ ਨੇ 400 ਮੀਲ ਸਫ਼ਰ ਕਰਕੇ ਆਣਾ ਹਜ਼ਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਆਪਣੇ ਭੈਣ ਭਰਾਵਾਂ ਨਾਲ ਟਾਈਮ ਗੁਜ਼ਾਰਨ ਵਾਸਤੇ ਸਾਢੇ 55 ਜਿਹੜਾ guzreya ਡੇਲੀ ਡੇਲੀ ਦੇ ਹਿਸਾਬ ਨਾਲ ਇਸ ਤਰ੍ਹਾਂ ਹੁੰਦਾ ਸੀ ਕਿ ਭੈਣ ਭਰਾ ਮਹੱਲੇਦਾਰ ਇੱਕ ਦੂਸਰੇ ਨਾਲ ਮਿਲਦੇ ਸਨ ਗੱਲਬਾਤ ਕਰਦੇ ਸਨ ਗਲੀ 'ਚ ਨਿਕਲੇ ਜਿਹੜਾ ਨਿਕਲਿਆ ਸਲਾਮ ਕੀਤੀ ਫਲਾਣ ਦੇ ਘਰ ਚਲੇ ਆ ਉੱਥੇ ਮਿਲਣ ਚਲੇ ਸਾਡੇ ਅੱਬੂ ਅੱਲਾ ਜੰਨਤ ਨਸੀਬ ਕਰੇ ਜਦੋਂ ਤੱਕ ਜ਼ਿੰਦਾ ਰਹੇ ਉਦੋਂ ਤੱਕ ਉਹ ਰੋਜ਼ਾਨਾ ਦੇ ਹਿਸਾਬ ਦੇ ਨਾਲ ਫੁੱਪੋ ਦੇ ਘਰ ਜਾਂਦੇ ਸਨ ਰੋਟੀ ਖਾਣ ਹੀ ਅੱਬੂ ਨੇ ਆ ਕੇ ਹਾਲਾ ਕਿ ਨੇ ਥੱਕੇ ਹੁੰਦੇ ਸਨ ਸਾਰੇ ਦਿਨ ਦੇ ਪਰ ਫਿਰ ਵੀ ਅੱਬੂ ਨੇ ਕਿਹਾ ਚਲੋ ਆਪਾਂ ਦੇ ਘਰ ਚੱਲਨੇ ਆ ਅਸੀਂ ਸਾਰਿਆਂ ਨੇ ਜੁੱਤੀਆਂ ਪਾ ਕੇ ਫਟਾਫਟ ਅੱਬੂ ਨਾਲ ਪਹਿਲ ਸਿੱਧੇ ਹੋ ਕੇ ਖੜੇ ਹੋ ਜਾਣੇ ਸਾਂ ਕਿ ਫੁੱਪੋ ਦੇ ਘਰ ਚੱਲਨੇ ਹਾਲਾ ਕਿ ਦਿਨ ਚ ਪਤਾ ਨਹੀਂ ਅਸੀਂ 50 ਚੱਕਰ ਲੰਨੇ ਸਾਂ ਪਰ ਐਵੇਂ ਕਿ ਫੇਰ ਫੁੱਪੋ ਦੇ ਘਰ ਚੱਲੇ ਆ ਬਈ ਤੇ ਉਹ ਕੀ ਕਹਿੰਦੇ ਨੇ ਅਸੀਂ ਫਿਰ ਇਸ ਤਰ੍ਹਾਂ ਜਾਣਦੇ ਹੁਣੇ ਸਾਫ ਉਹਨਾਂ ਨੂੰ ਬੈਠਣਾ ਪੈਣਾ ਪਰਾਵਾਂ ਨੇ ਸਾਰਿਆਂ ਨੇ ਵੱਡਿਆਂ ਨੇ ਮੰਜੀਆਂ ਤੇ ਆਪਸ ਵਿੱਚ ਦਿਨ ਭਰ ਦੀਆਂ ਗੱਲਾਂ ਕਰਨੀਆਂ ਤੇ ਕੋਈ ਨੀਂਦ ਦੀ ਗੋਲੀ ਦੀ ਜ਼ਰੂਰਤ ਨਹੀਂ ਪੈਂਦੀ ਸੀ ਕੋਈ ਤੁਹਾਨੂੰ ਟੈਨਸ਼ਨ ਆ ਨਹੀਂ ਹੁੰਦੀ ਆ ਸਾਨੂੰ ਜ਼ਮਾਨੇ 'ਚ ਲੋਕ ਬੜੇ ਰਿਲੈਕਸ ਸਨ ਕਿਉਂਕਿ ਖੁਆਇਸ਼ਾਂ ਤੋਂ ਉਹਨਾਂ ਨੇ ਲਗਾਮ ਪਾਈ ਹੋਈ ਸੀ ਉਹ ਖੁਆਇਸ਼ਾਂ ਦੇ ਕੋੜੇ ਜਿਹੜੇ ਨਾ ਇਸ ਤਰ੍ਹਾਂ ਨਪਕੇ ਰੱਖੇ ਹੋਏ ਸਨ ਲਗਾਮਾਂ ਉਹਨਾਂ ਦੀਆਂ ਉਹ ਲੋਕ ਬੇਜਾਂ ਖੁਆਇਸ਼ਾਂ ਦੇ ਪਿੱਛੇ ਨਹੀਂ ਚੱਲਦੇ ਸਨ ਸਾਦਾ ਤਰ੍ਹਾਂ ਦੀ ਜ਼ਿੰਦਗੀ ਸੀ ਸਾਦੇ-ਸਾਦੇ ਲੋਕ ਰਹਿੰਦੇ ਸਨ ਇੱਕ ਦੂਸਰੇ ਨੂੰ ਸਾਦਗੀ ਚ ਕਬੂਲ ਕੀਤਾ ਜਾਂਦਾ ਸੀ ਉਹ ਵੀ ਬੜੇ ਸੋਖੇ ਰਹਿੰਦੇ ਸਨ ਅੱਜ ਕੱਲ੍ਹ ਇਨਸਾਨ ਇਸੇ ਤੋਂ ਔਖੇ ਹੋ ਗਏ ਨੇ ਕਿ ਖੁਆਇਸ਼ਾਂ ਦੇ ਪਿੱਛੇ ਅਸੀਂ ਚੱਲ ਪਏ ਆਂ ਦੌੜ ਪਏ ਆਂ ਤੇ ਬਸ ਵਈ ਖੁਆਇਸ਼ਾਂ ਦਾ ਕੋੜਾ ਦੌੜੀ ਜਾਂਦਾ ਤੇ ਅਸੀਂ ਉਹਨੂੰ ਫੜਨ ਦੀ ਬੜੀ ਕੋਸ਼ਿਸ਼ ਕਰ ਰਹੇ ਆਂ ਉਸ ਸਾਨੂੰ ਨਾਲ ਕੜੀਸ ਕੜੀਸ ਕੇ ਪੈ ਲੈ ਕੇ ਜਾਂਦਾ ਵੇ ਅਸੀਂ ਲਹੂ ਲਹਾਨ ਹੋ ਗਏ ਆ ਜ਼ਖਮੀ ਹੋ ਗਏ ਆ ਉਸ ਕੋੜੇ ਦੇ ਪਿੱਛੇ ਦੌੜ ਦੌੜ ਕੇ ਤਾਂ ਵਹੀ ਮੈਂ ਹੁਣ ਤੇ ਫਲਸਫਾ ਵੀ ਛਾੜ ਦਿੱਤਾ ਅੱਜ ਤੇ ਮੈਂ ਥੋੜਾ ਜਿਹਾ ਮੈਸੇਜ ਪੜ ਦਵਾ ਲਾ ਲਾ ਮਾਫੀ ਤਾਂ ਵਾ ਚਸ਼ਮਾ ਤਾਂ ਬੜੇ ਖਤਰਨਾਕ ਲੱਗਦਾ ਪਿਆ ਮੈਂ ਮੈਸੇਜ ਪੜ ਦਵਾ ਕਿਉਂਕਿ ਮੈਨੂੰ ਇੰਨੇ ਦਿਨ ਹੋ ਗਏ ਸਨ ਕਿ ਕਿ ਕਹਿੰਦੇ ਨੇ ਮੈਂ ਉਹ ਨਹੀਂ ਕੀਤਾ ਸੀ ਤੇ ਹੁਣ ਮੈਂ ਸੋਚਿਆ ਸੀ ਕਿ ਅੱਜ ਮੈਂ ਪੜ ਦਵਾਉਂਗੀ ਬਹੁਤ سارے ਇਕੱਠੇ ਹੋ ਗਏ ਨੇ ਮੈਸੇਜ ਤੇ Shabbir Hasan ਸਾਹਿਬ ਨੇ ਕਿਹਾ ਵਾ ਬਈ ਵਾ ਕਾਲ ਦਾ ਵਲੌਗ ਦੇਖ ਕੇ ਕਿ ਬਹੁਤ ਹੀ ਮਜ਼ਾ ਆ ਗਿਆ ਬਹੁਤ ਹੀ ਵਧੀਆ ਵਲੌਗ ਹੈ ਤੇ ਮੈਂ ਉਹਨਾਂ ਕਿਹਾ ਮੈਂ ਤੇ ਆਪ ਵੀ ਅੰਡਾ ਲਵਰ ਹਾਂ ਮੈਨੂੰ ਬੰਡੇ ਉਬਲੇ ਅੰਡੇ ਵਾ ਬਈ ਵਾ ਤੇ ਬਚਪਨ ਚ ਕਹਿੰਦੇ ਸਾਡੇ ਅਬੂ ਵੀ ਦੇਸੀ ਅੰਡੇ ਲਿਆਉਂਦੇ ਸਨ ਤੇ ਨਾਸ਼ਤੇ 'ਚ ਅਸੀਂ ਅੰਡਾ ਪਰੌਠਾ ਦਾ ਨਾਸ਼ਤਾ ਕਰਦੇ ਸਾਂ ਫਿਰ ਸ਼ਾਮ ਨੂੰ ਅਬੂ ਤੋਂ ਆਫਿਸ ਤੋਂ ਆਂਦੇ ਹੋਏ ਚਾਹ ਦੇ ਨਾਲ ਅੰਡੇ ਲਾਜ਼ਮੀ ਉਬਾਲਦੇ ਸਾਂ ਕਿੰਨਾ ਹਸੀਨ ਸੀ ਸਾਡਾ ਬਚਪਨ ਤੇ ਤੁਸੀਂ ਤੇ ਬਤਖ ਦਾ ਅੰਡਾ ਵੀ ਖਾਦਾ ਵੇ मुस्तफा और यूसफ को बहुत प्यार वालेकुम असलाम अच्छा आप बच्चों के साथ उर्दू बोलती हैं और इन्ही की वजह से रौनक होती है माशाल्लाह माशा अल्लाह पाप सलामत रखे जी शबनम मैं कोशिश पूरी करती हूँ बच्चों के साथ मैं उर्दू बोलूँ हमारे घर में ज़्यादातर उर्दू में बात करते हैं कुछ पंजाबी भी करते हैं पर कुछ ऐसिया सैटिंग साढ़िया हो गई ने उन्हें उद्दा पंजाबी गल करनी है ਉਹਨੇ ਉਹਦੇ ਨਾਲ ਉਰਦੂ ਬੱਚਿਆਂ ਨਾਲ ਲੇਕਿਨ ਉਰਦੂ ਹੀ ਬੋਲਨੇ ਆ ਕਿ ਚਲੋ ਉਰਦੂ ਵੀ ਬੱਚੇ ਸਿੱਖ ਜਾਣ ਕਿਉਂਕਿ ਮਸਜਿਦ ਵਿੱਚ ਇਹਨਾਂ ਨੂੰ ਉਰਦੂ ਪੜ੍ਹਾਈ ਜਾਂਦੀ ਏ ਇਸ ਤੋਂ ਐਵੇਂ ਕਿ ਚਲੋ ਉਰਦੂ ਪੜ੍ਹ ਰਹੇ ਨੇ ਉਰਦੂ ਸਿੱਖ ਆਪਣੇ ਮੁਲਕ ਦੀ ਜ਼ੁਬਾਨ ਕੁਛ ਨਾ ਕੋਈ ਸਿੱਖ ਲੈਣ ਪੰਜਾਬੀ ਵੀ ਮੈਂ ਨਾਲ-ਨਾਲ ਕੋਸ਼ਿਸ਼ ਕਰ ਨਹੀਂ ਆਨ ਕਿ ਮੁੰਡਾ ਤੇ ਕੁੜੀ ਤੇ ਫਲਾਨਾ ਤੇ ਫਲਾਨਾ ਮੈਂ ਦੱਸਾਂ ਪਰ ਐਵੇਂ ਇੱਕ ਕੋਸ਼ਿਸ਼ ਮੇਰੀ جاری ਏ ਮੈਂ ਹਿੰਮਤ ਨਹੀਂ ਹਾਰੀ ਮੈਂ ਬੜੀ ਹਿੰਮਤਾ ਵਾਲੀ ਆ ਉਸਮਾ ਕਹਿ ਰਹੇ ਨੇ ਬੱਚਿਆਂ ਦੇ ਨਾਲ ਤੁਹਾਨੂੰ ਖੇਡ ਦੇ ਦੇਖ ਕੇ ਬੱਚਿਆਂ ਨੂੰ ਤੁਸੀਂ ਖੇਡ ਦੇ ਦਿਲ ਖੁਸ਼ ਹੋ ਗਿਆ ਤੇ ਅੱਲਾਹ ਤਾਲਾ ਤੁਹਾਨੂੰ ਇਸ ਤਰ੍ਹਾਂ ਹੀ ਹਸਤਾ ਮੁਸਕਰਾਤ ਦਾ ਰੱਖੇ ਆਮੀਨ ਬਹੁਤ ਬਹੁਤ ਸ਼ੁਕਰੀਆ ਉਸਮਾ ਤੇ ਉਸਮਾਨ ਲਿਖਿਆ ਮੁੰਡੇ ਵਾਕਿਆ ਹੀ ਮੁੰਡੇ ਜਿਹੜੇ ਨੇ ਜਾਂ ਮੁੰਡੇ ਜਿਹੜੇ ਸਾਡੇ ਇਹ ਬੜੇ ਮੈਨਨ ਸਿਖਾਉਂਦੀ ਰਹਿੰਦੀਆਂ ਮੁੰਡਿਆ ਵੇ ਮੁੰਡਿਆ ਤੇ ਉਹ ਜਿਹੜਾ ਨਾ ਉਸ ਵਫਾ ਉਹ ਕਹਦਾ ਵੇ ਮੁੰਡਿਆ ਅੱਲਾਹ ਇਹ ਤਾਂ ਬੜਾ ਖitab ਮੇਰਾ ਲੰਮਾ ਹੋ ਗਿਆ ਉਹ ਛਿੱਛੀ ਕਰਕੇ ਤੇ ਤੋ ਉਸਮਾਨ ਨੇ ਕਿਹਾ ਕਿ ਬਾਜੀ ਅਸੀਂ ਜਿਹੜਾ ਪ੍ਰੋਗਰਾਮ ਕੀਤਾ ਕਿ ਭਈਆ ਬੱਚੇ ਸਾਦਗੀ ਨਾਲ شادی ਕਰਨੀ ਚਾਹੀਦੀ ਹੈ ਬਹੁਤ ਅੱਛਾ ਹੋਵੇ ਤੇ ਮੈਂ ਵੀ ਇਨਸ਼ਾਅੱਲਾ ਆਪਣੀਆਂ ਬੱਚੀਆਂ ਦੀ شادی ਸਾਦਗੀ ਦੇ ਨਾਲ ਹੀ ਕਰਾਂਗੇ ਤੇ ਸ਼ਬਨਮ ਹੁਸੈਨ ਨੇ ਵੀ ਇਹ ਹੀ ਕਿਹਾ ਕਿ ਵਾਕਈ ਬਿਲਕੁਲ ਠੀਕ ਆਖਿਆ ਕਿ ਕੋਈ ਸਾਲਗिरा ਹੋਵੇ ਮੰਗਣੀ ਹੋਵੇ ਕੁਝ ਵੀ ਹੋਵੇ ਹੁਣ ਤੇ ਬੜੇ ਈਵੈਂਟ ਹੋ ਰਹੇ ਨੇ ਭਾਈ ਤੇ ਗੋਦ ਭਰਾਈ ਦੀ ਰਸਮ ਤੇ ਖਤਨੀਆਂ ਦਾ ਤੇ ਇਹ ਤੇ ਉਹ ਅਜੀਬ ਜਿਹੀ ਹਰਕਤਾਂ ਪੇ ਕਰਦੇ ਨੇ ਲੋਕ ਤੇ ਵਾਕਈ ਬਿਲਕੁਲ ਠੀਕ ਹਲਕਾ ਹੀ ਇਹ ਤੁਸੀਂ ਕਿ ਹੁਣ ਜਣਾਵੇ ਲੋਕਾਂ ਨੂੰ ਬਸ ਦਿਖਾਵਾ ਬਹੁਤ ਜ਼ਿਆਦਾ ਲੋਕਾਂ ਵਿੱਚ ਆ ਗਿਆ ਵੇ ਤੇ ਉਸਮਾ ਨੇ ਕਿਹਾ ਕਿ ਕੱਲ ਮਹਿਮਾਨ ਆ ਗਏ ਥੇ ਮੈਂ ਪ੍ਰੋਗਰਾਮ ਆਪਕਾ ਕੱਲ ਕਾ ਨਹੀਂ ਦੇਖ ਸਕੀ ਤਾਂ ਕੋਈ ਗੱਲ ਨਹੀਂ ਉਸਮਾ ਮਹਿਮਾਨ ਆਏ ਨੇ ਤੁਸੀਂ ਮਹਿਮਾਨਾਂ ਦੀ ਤਵਾਜੂ ਕਰੋ ਉਹਨਾਂ ਨਾਲ ਟਾਈਮ ਗੁਜ਼ਾਰੋ ਤੇ ਉਹਨਾਂ ਦੇ ਕਿਉਂਕਿ ਰੱਬ ਦੀ ਰਹਿਮਤ ਹੁੰਦੇ ਨੇ ਮਹਿਮਾਨ ਜਿਹੜੇ ਹੁੰਦੇ ਨੇ ਨਾ ਉਹ ਸਾਡੇ ਰੱਬ ਦੀ ਰਹਿਮਤ ਹੁੰਦੀ ਤੇ ਫਰਦੋਸ ਰਾਣੀ ਫਰਦੋਸ ਰਾਣੀ ਕੋਈ ਨਵਾਂ ਇਜ਼ਾਫਾ ਵੇ ਮੇਰੇ ਉਹਦੇ ਵਿੱਚ ਫਰਸਟ ਟਾਈਮ ਸ਼ਦਿਨਾਨ ਨੇ ਦੇਖਿਆ ਹੈ ਯਾ ਕਮੈਂਟ ਇਹਨਾਂ ਨੇ ਫਰਸਟ ਟਾਈਮ ਕੀਤੀ ਹੈ ਬਹਰਾਲ ਬਹੁਤ ਬਹੁਤ ਸ਼ੁਕਰੀਆ ਫਰਦੋਸ ਰਾਣੀ ਨੇ ਵੀ ਤਾਲੀਆਂ ਵਜਾ ਦਿੱਤੀਆਂ ਨੇ ਮੇਰੇ ਵਾਸਤੇ ਇੱਕ ਫੁੱਲ ਨਾਲ ਮੈਨੂੰ ਪੇਸ਼ ਕਰ ਦਿੱਤਾ ਹੈ ਬਹੁਤ ਸ਼ੁਕਰੀਆ ਫਰਦੋਸ ਰਾਣੀ ਜੇ ਤੁਸੀਂ ਦੇਖੋ ਦੁਬਾਰਾ ਤੇ ਫੇਰ ਵੀ ਤੇ ਫੇਰ ਮੈਸੇਜ ਕਰ ਦਈਓ ਤਾਂ ਮੈਨੂੰ ਪਤਾ ਚੱਲ ਜਾ ਕਿਉਂਕਿ ਕਾਫੀ ਲੋਕ ਦੇਖਦੇ ਨੇ ਪਰ ਮੈਨੂੰ ਮੈਸੇਜ ਨਹੀਂ ਹੁੰਦਾ ਫਿਰ ਮੈਨੂੰ ਪਤਾ ਨਹੀਂ ਚੱਲਦਾ ਕਿ ਕਨੇ ਦੇਖਿਆ ਵੀ ਮੈਸੇਜ ਤੋਂ ਹੀ ਪਤਾ ਚੱਲਦਾ ਹੈ ਕਿ ਕਨੇ ਵੀਡੀਓ ਦੇਖੀ ਹੈ ਕਨੇ ਨਹੀਂ ਤਾਂ ਚਲੋ ਭਈ ਹੁਣ ਤੇ ਖਾਸੀ ਅੱਜ ਮਹਿਮਾਨਾਂ ਦੇ حوالے ਨਾਲ ਗੱਲ ਹੋ ਗਈ ਅਸਲ 'ਚ ਉਸਮਾ ਦਾ ਰਾਤੀ ਮੈਂ ਕਮੈਂਟ ਜਦੋਂ ਪੜਿਆ ਨਾ ਕਿ ਮਹਿਮਾਨ ਆਏ ਨੇ ਤੁਹਾਡੀ ਮੈਂ ਵੀਡੀਓ ਨਹੀਂ ਦੇਖ ਸਕੀ ਉਦੋਂ ਮੈਂ ਕਿਹਾ ਮੈਂ ਕਿ ਵਾਕਈ ਮਹਿਮਾਨ ਆਂਦੇ ਸਨ ਚਾਰ-ਚਾਰ ਜਾਂਦੇ ਸਨ ਤੇ ਉਹ ਕਿੰਨਾ ਹਸੀਨ ਦੌਰ ਸੀ ਕਿ ਜਦੋਂ ਮਹਿਮਾਨ ਘਰ ਦੇ ਦਰਵਾਜ਼ੇ ਤੇ ਆਂਦੇ ਸੇ ਉਹ ਖੁਸ਼ੀ ਅੱਜ ਨਹੀਂ ਮਿਲਦੀ ਅੱਜ ਅਗਰ ਤੁਸੀਂ ਦਰਵਾਜ਼ਾ ਖੋਲਦੇ ਵੀ ਹੋ ਤੁਹਾਨੂੰ ਪਤਾ ਆਵੇ ਕਿ ਕਿਹੜਾ ਮੇਰੇ ਦਰਵਾਜ਼ੇ ਤੇ ਖੜਾ ਹੋਵੇ ਕਿ ਨੂੰ ਕਹੇ ਨਿਆਣਾ ਸੀ ਇਸ ਟਾਈਮ ਕਿਹੜਾ ਮਹਿਮਾਨ ਆ ਰਿਹਾ ਹੋਵੇ ਉਹ ਸਭ ਤੁਹਾਨੂੰ ਪਤਾ ਹੁੰਦਾ ਖੁਸ਼ੀ ਤਾਂ ਬਹਿਰਲ ਹੁੰਦੀ ਹੈ ਫਿਰ ਵੀ ਮਿਲਣ ਦੀ ਐਸੀ ਗੱਲ ਨਹੀਂ ਕਿ ਖੁਸ਼ੀ ਨਹੀਂ ਹੁੰਦੀ ਲੇਕਿਨ ਉਹ ਜਿਹੜੇ ਅਚਾਨਕ ਦਰਵਾਜ਼ਾ ਖੋਲਦਾ ਸੀ ਔਰ ਮਹਿਮਾਨ ਨਜ਼ਰ ਆਂਦੇ ਸਨ ਨਾ ਉਹ ਖੁਸ਼ੀ ਜਿਹੜੇ ਨਾਨੇ ਦੇਖੀ ਉਹਨਾਂ ਜ਼ਮਾਨਿਆਂ ਉਹੀ ਮਹਿਸੂਸ ਕਰ ਸਕਦੇ ਨੇ ਉਹ ਕੋਈ ਹੋਰ ਮਹਿਸੂਸ ਨਹੀਂ ਕਰ ਸਕਦਾ ਮਹਿਮਾਨ ਦੀ ਅੱਜ ਵੀ ਆਂਦੇ ਨੇ ਅੱਜ ਵੀ ਲੋਕੋ ਨਾਲ ਆਉ ਭਗਤ ਕਰਦੇ ਨੇ ਤੇ ਸਭ ਕੁਝ ਕਰਦੇ ਨੇ ਲੇਕਿਨ ਉਹ ਖੁਸ਼ੀਆਂ ਭਰਿਆ ਜ਼ਮਾਨੇ ਉਹ ਸੁੱਚੇ ਜ਼ਮਾਨੇ ਖਾਲਸ ਜ਼ਮਾਨੇ ਹੀਰਿਆਂ ਵਰਗੇ ਜ਼ਮਾਨੇ ਸੋਨਿਆਂ ਵਰਗੇ ਜ਼ਮਾਨੇ ਉਹ ਖਤਮ ਹੋ ਗਏ ਨੇ ਤੇ ਹੁਣ ਫੇ ਮੈਂ ਚੱਲ ਨਹੀਂ ਆ ਗੱਲ ਮੇਰੀ ਖਾਸੀ ਲੰਬੀ ਹੋ ਜਾਂਦੀ ਹੈ ਤੇ 따ੜੀ ਸਾਰਿਆਂ ਦਾ ਮੈਂ ਸ਼ੁਕਰੀਆ ਦਾਖ ਕਰਨੀ ਆ ਜੋ ਜੋ ਮੈਨੂੰ ਮੈਸੇਜ ਕਰਦਾ ਔਰ ਵਾ ਨੂੰ ਵੀ ਕਹਿ ਦਵਾ ਔਰ ਵਾ ਕਿਸੇ ਨਰਾਜ਼ ਨਾ ਹੋ ਜਾਵੇ ਔਰ ਵਾ ਵੀ ਵਿਚਾਰੀ ਦਿਲ ਬਣਾ ਬਣਾ ਕੇ ਤੇ ਕਰ ਦਿੰਦੀ ਏ ਸੌਹਲਤ ਹੁਸੈਨ ਸਾਹਿਬ ਦਾ ਵੀ ਮੈਂ ਸ਼ੁਕਰੀਆ ਦਾਖ ਕਰਨੀ ਆ ਬਖਤਗੀ ਨ ਮੇਰਾ ਦੇਖਦੇ ਨੇ ਜਦੋਂ ਤੁਸੀਂ ਉਹ ਮੈਸੇਜ ਕਰ ਦਿੰਦੇ ਨੇ ਕੋ ਦਿਲਸ਼ਲ ਬਣਾ ਦਿੰਦੇ ਨੇ ਕਦੇ ਕੁਝ ਕਾਰਟੂਨ ਸ਼ਾਰਟ ਆਨ ਬਣਾ ਦਿੰਦੇ ਨੇ ਲੇਕਿਨ ਉਹ ਵੀ ਮੇਰੇ ਬੜੇ ਰੈਗੂਲਰ ਦੇਖਦੇ ਨੇ ਮੇਰੀ ਵੀਡੀਓਸ ਤੇ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨੀ ਆ ਤੁਸੀਂ ਸਾਰੇ ਜਿਹੜੇ ਮੇਰੇ ਨਾਲ ਨਾਲ ਰਹਦੇ ਹੋ ਉਹ ਥੋੜੀ ਜਿਹੀ ਮੇਰੀ ਹਿੰਮਤ ਵੱਧ ਜਾਂਦੀ ਹੈ ਹੋਰ ਕੁਝ ਨਹੀਂ ਹੁੰਦਾ ਕਿ ਤੁਸੀਂ ਹੌਸਲਾ ਬਣਾ ਦਿੰਦੇ ਹੋ ਤੇ ਮੈਂ ਤੁਹਾਡਾ ਕੀ ਕਹਿੰਦੇ ਇੱਕ ਦਫਾ ਫਿਰ দিল ਕੀ ਗਹਿਰਾਈوں ਸੇ ਸ਼ੁਕਰੀਆ ਅਦਾ ਕਰਦੀ ਹੂੰ ਤੇ ਹੁਣ ਫੇ ਚੱਲਦੇ ਆਂ ਵੇ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ ਨਵੀਂ ਯਾਦ ਦੇ ਨਾਲ ਅਸੀਂ ਅਮੰਗੇ ਟਾਟੇ ਖੇਦਬਤ ਵਿੱਚ ਤੇ ਉਦੋਂ ਤੱਕ ਅੱਲਾ ਹਾਫਿਜ਼ ਤੇ ਰੱਬ ਰੱਖਾ ਤੇ ਜਾਂਦੇ ਜਾਂਦੇ ਮੈਂ ਕੀ ਸੁਣਾਵਾਂ ਤੁਹਾਨੂੰ ਉਸਮਾਨ ਦੀ ਬੜੀ ਫਰਮਾਇਸ਼ ਹੁੰਦੀ ਹੈ ਕਿ ਬਾਜੀ ਕੁਝ ਸੁਣਾ ਦਿਆ ਕਰੋ ਤੁਮਹੀ ਮੇਰੇ ਮਨ ਦੇ ਤੁਮਹੀ ਮੇਰੀ ਪੂਜਾ ਤੁਮੀ ਦੇਵਤਾ ਹੋ ਤੁਮੀ ਦੇਵਤਾ ਹੋ ਲੋ ਬਈ ਕਿ ਸਭ ਨਹੀਂ ਨਾ ਦੇਖ ਲਿਆ ਨਾ ਮੈਨੂੰ ਸੱਚਾ ਡੰਡਾ ਪਹਿਣਾ ਹੋਇਆ ਕਿ ਇਹ ਕੀ ਗਾੜਾ ਗੰਦੀ ਪਈ ਹੈ ਬਸ ਮੇਰੇ ਜ਼ਿਹਨ ਵਿੱਚ ਇਸ ਵੇਲੇ ਇਹ ਹੀ ਆਇਆ ਹਾਲਾਂਕਿ ਮੈਂ ਕਈ ਦਫਾ ਸੋਚਿਆ ਯਕੀਨ ਮੰਨੋ ਕਿ ਮੈਂ ਕਾਗਜ਼ ਤੇ ਰੱਖ ਕੇ ਨਾ ਲਿਖ ਲਵਾਂ ਨੋਟ ਕਰ ਲਵਾਂ ਕਿ ਇਹ ਗੱਲ ਕਰਨੀ ਪਰ ਉਹ ਮੇਰੇ ਕੋਲ ਹੁੰਦਾ ਨਹੀਂ ਭੁੱਲ ਜਾਂਦੀ ਹਾਂ ਬੇਸ਼ਅ ਜੋ ਮੈਨੂੰ ਫੇਰ ਅਚਾਨਕ ਕੋਈ ਚੀਜ਼ ਯਾਦ ਆ ਜਾਂਦੀ ਏ ਤੇ ਉਹ ਫਿਰ ਮੈਂ ਤੁਹਾਨੂੰ ਅਚਾਨਕ ਅਚਾਨਕ ਹੀ ਆਮਦ ਜਦੋਂ ਹੋ ਜਾਂਦੀ ਏ ਤੁਹਾਨੂੰ ਮੈਂ ਸੁਣਾ ਦਿੰਨੀ ਆ ਉਸ ਬਰਾਵਾ ਨਹੀਂ ਤੇ ਪਿੱਛੇ ਪਿੱਛੇ ਆਂਦਾ ਮੇਰੀ ਚਾਲ ਵੇਂਦਾਈ ਪਿੱਛੇ ਪਿੱਛੇ ਆਂਦਾ ਮੇਰੀ ਚਾਲ ਵੇਂਦਾਈ ਚਿਰ ਵਾਲਿਆ ਵੇਖਦਾਈ ਵੇ ਮੇਰਾ ਲੋਂਗਵਾਚਾ ਰਿਗਾ ਮਾਰਦਾਈ ਵੇ ਮੇਰਾ ਲੋਂਗਵਾਚਾ ਮੇਰਾ ਲੋਂਗਵਾਚਾ ਕਾਲੀ ਕਾਲੀ ਆਈ ਸਿਮਟਾਲੀਆਂ ਦੇ ਹੇਟ ਦੀ ਘਟਿਆ ਸਿਕੁੰਡ ਮੈਂ ਆਵਾਜ਼ ਸੁਣ ਜੇੜਦੀ ਬੇ ਆਵਾਜ਼ ਸੁਣ ਜੇੜਦੀ ਮੈਨੂੰ ਸ਼ੱਕ ਪੈਂਦੀ ਮੇਰੇ ਨੱਕ ਚੋਂ ਫੁੜਕ ਕੇ ਡਿਗ ਪਿਆ ਹੁਣ ਤੂੰ ਫੜਾਈ ਵੇ ਮੇਰ ਲੋਂਗਵਾਚਾ ਡਿਗਾ ਮਾਰ ਦਾਈ ਵੇ ਮੇਰ ਲੋਂਗਵਾਚਾ ਪਿੱਛੇ ਪਿੱਛੇ ਅੰਦਰ ਮੇਰੀ ਚਾਲ ਵਿੰਦਾਈ ਤੇ ਬਿਤੇ ਅੰਦਰ ਮੇਰੀ ਚਾਲ ਵੰਦਾਈ ਚਿਰ ਵਾਲਿਆ ਵੇਖਦਾਈ ਵੇ ਮੇਰਾ ਲੌਂਗਵਾ ਚਾ ਮੇਰਾ ਲੌਂਗਵਾ ਚਾ ਇਹ ਬੜੀ ਲੰਮੀ ਗੱਲ ਹੋ ਗਈ ਮੈਨੂੰ ਮਾਫ ਕਰ ਦਿਓ ਦੇਖ ਲਿਓ برداشت ਕਰ ਲਿਓ ਫਿਰ ਮਿਲਨੇ ਆ ਅੱਲਾ ਹਾਫੇਜ਼ ਤੇ ਰਬ ਰਾਖਾ